ਹੈਪੀ ਸਮਾਚਾਰ ਦੇ ਵਿੱਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ ਮੈਨੂੰ ਕਿਸੇ ਨੇ ਪੁੱਛਿਆ ਕਿ 2024 ਦੇ ਵਿੱਚ ਹੈਪੀ ਸਭ ਤੋਂ ਵੱਡਾ ਕੀ ਹੋਇਆ, ਤਾਂ ਮੈਂ ਉਹਨੂੰ ਕਿਹਾ ਕਿ ਸਭ ਤੋਂ ਵੱਡਾ 2024 ਦੇ ਵਿੱਚ ਤਾਂ ਅੰਬਾਨੀਆਂ ਦਾ ਵਿਆਹ ਹੀ ਹੋਇਆ ਜੋ ਮੁੱਕਣ 'ਚ ਹੀ ਨਹੀਂ ਆ ਰਿਹਾ ਸੀਗਾ, ਚੱਲਦਾ ਜਾ ਰਿਹਾ ਸੀ, ਚੱਲਦਾ ਜਾ ਰਿਹਾ ਸੀ। ਐਵੇਂ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਹਰ ਚੀਜ਼ ਦਾ ਅੰਤ ਹੁੰਦਾ, ਪਰ ਦੋਸਤੋ ਅੰਬਾਨੀਆਂ ਦੇ ਮੁੰਡੇ ਅਨੰਤ ਅੰਬਾਨੀ ਦੇ ਵਿਆਹ ਦਾ ਕੋਈ ਅੰਤ ਹੀ ਹੈ ਨਹੀਂ। ਸੋ ਇੰਨਾ ਟਾਈਮ ਤਾਂ IPL ਵੀ ਨਹੀਂ ਚੱਲਦਾ ਜਿੰਨਾ ਟਾਈਮ ਇਹ ਵਿਆਹ ਚੱਲੀ ਜਾ ਰਿਹਾ ਸੀਗਾ। ਸੋ ਮੈਨੂੰ ਨਰਿੰਦਰ ਮੋਦੀ ਸਾਹਿਬ ਦੇ ਸਹੁੰ ਚੁੱਕ ਸਮਾਗਮ ਦੀ ਯਾਦ ਆ ਜਾਂਦੀ ਹੈ। ਉਹਨਾਂ ਦੇ ਸਮਾਗਮ ਦੇ ਵਿੱਚ ਵੀ ਇੰਨੇ ਲੋਕ ਨਹੀਂ ਪਹੁੰਚੇ ਸੀ ਜਿੰਨੇ ਲੋਕ ਇਹਨਾਂ ਦੇ ਵਿਆਹ ਦੇ ਉੱਤੇ ਪਹੁੰਚੇ ਹੋਏ ਸੀ। ਇਹ ਕਹਿ ਸਕਦੇ ਹਾਂ ਕਿ ਬੜੇ ਪਹੁੰਚੇ ਹੋਏ ਬੰਦੇ ਵਿਆਹ ਦੇ ਵਿੱਚ ਪਹੁੰਚੇ ਹੋਏ ਸੀ। ਜੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੱਡੇ ਵੱਡੇ ਐਕਟਰ, ਕ੍ਰਿਕਟਰਸ, ਬਿਜ਼ਨਸਮੈਨ ਪਹੁੰਚੇ ਹੋਏ ਸੀ। ਇਹਨਾਂ ਤੋਂ ਇਲਾਵਾ ਦੋਸਤੋ ਮੈਨੂੰ ਵਿਆਹ ਦੇ ਵਿੱਚ ਮਾਮਾ, ਮਾਮੀ, ਮਾਸੀ, ਮਾਸੜ ਅਤੇ ਭੂਆ, ਫੁੱਫੜ ਤਾਂ ਦੇਖ ਹੀ ਨਹੀਂ ਰਹੇ ਸੀਗੇ। ਸੋ ਮੈਂ ਲੱਗਦਾ ਇਸ ਵਿਆਹ ਦੇ ਵਿੱਚ ਫੁੱਫੜ ਜੀ ਵੀ ਗੁੱਸੇ ਹੋਣ ਬਾਰੇ ਸੋਚ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇੰਨੇ ਲੋਕਾਂ ਦੇ ਵਿੱਚ ਕਿਸੇ ਨੇ ਗੌਰ ਹੀ ਨਹੀਂ ਕਰਨਾ ਕਿ ਫੁੱਫੜ ਜੀ ਗੁੱਸੇ ਕਿਉਂ ਨੇ। ਇੱਕ ਹੋਰ ਖਾਸ ਗੱਲ ਜਿਹੜੀ ਦੇਖਣ ਨੂੰ ਮਿਲੀ ਇਸ ਵਿਆਹ ਦੇ ਵਿੱਚ, ਜਿਹੜੇ ਖਾਸ 25 ਲੋਕ ਸੀ ਉਹਨਾਂ ਨੂੰ 2 ਕਰੋੜ ਦੀਆਂ ਘੜੀਆਂ ਦੋਸਤੋ ਗਿਫਟ ਕੀਤੀਆਂ ਗਈਆਂ। 2 ਕਰੋੜ ਦੀਆਂ ਘੜੀਆਂ ਦੋਸਤੋ, ਯਾਨੀ ਕਿ ਟਾਈਮ ਦੱਸਣ ਵਾਲੀ ਇੰਨੀ ਚੀਜ਼ ਮਹਿੰਗੀ ਹੈ, ਜਿਹਦੇ ਕੋਲ ਇਹ ਹੋਵੇ ਉਹਦਾ ਟਾਈਮ ਤਾਂ ਕਦੇ ਖਰਾਬ ਹੋ ਹੀ ਨਹੀਂ ਸਕਦਾ। ਸੋ 2 ਕਰੋੜ ਦੀ ਘੜੀ ਦੋਸਤੋ ਮੈਨੂੰ ਲੱਗਦਾ ਇਕੱਲਾ ਟਾਈਮ ਨਹੀਂ ਦੱਸਦੀ ਹੋਣੀ, ਉਹ ਇੱਧਰ ਉੱਧਰ ਦੀਆਂ ਗੱਲਾਂ ਵੀ ਦੱਸਦੀ ਹੋਣੀ ਹੈ। ਦੋਸਤੋ ਸਭ ਤੋਂ ਖਾਸ ਗੱਲ ਇਹ ਵੀ ਰਹੀ ਕਿ ਜਸਟਿਨ ਬੀਬਰ ਨੇ ਵੀ ਇਸ ਵੈਡਿੰਗ ਦੇ ਵਿੱਚ ਪਰਫਾਰਮ ਕੀਤਾ। ਮੈਨੂੰ ਲੱਗਦਾ ਵਿਚਾਰੇ ਜਸਟਿਨ ਬੀਬਰ ਨੂੰ ਇੱਥੋਂ ਦੀ ਗਰਮੀ ਦਾ ਅੰਦਾਜ਼ਾ ਨਹੀਂ ਹੋਣਾ, ਤਾਂ ਹੀ ਤਾਂ ਵਿਚਾਰਾ ਪਹਿਲਾਂ ਜੈਕਟ ਦੇ ਵਿੱਚ ਪਰਫਾਰਮ ਕਰ ਰਿਹਾ ਸੀ। 1-2 ਗਾਣੇ ਗਾਉਣ ਤੋਂ ਬਾਅਦ ਹੀ ਉਹ ਦੋਸਤੋ ਬਨਿਆਣ ਅਤੇ ਕੱਛੇ ਦੇ ਵਿੱਚ ਹੀ ਆ ਗਿਆ। ਸੋ ਕੋਈ ਚੱਕਰ ਨਹੀਂ। ਸੋ ਲੋਕਾਂ ਦਾ ਕਹਿਣਾ ਕਿ ਇਸ ਵੈਡਿੰਗ ਦੇ ਵਿੱਚ ਜੌਨ ਸੀਨਾ ਵੀ ਪਹੁੰਚੇ ਹੋਏ ਸੀ, ਕਮਾਲ ਦੀ ਗੱਲ ਹੈ ਦੋਸਤੋ। ਹੁਣ ਕਈ ਸੋਚਦੇ ਹੋਣੇ ਉਹ ਵਿਆਹ ਦੇ ਵਿੱਚ ਕਿਉਂ ਆਏ। ਮੈਂ ਲੱਗਦਾ ਦੋਸਤੋ ਵਰਮਾਲਾ ਦੇ ਸਮੇਂ ਜਿਹੜਾ ਅਨੰਤ ਅੰਬਾਨੀ ਜੀ ਨੂੰ ਚੱਕਣਾ ਸੀਗਾ, ਉਹਦੇ ਵਾਸਤੇ ਜੌਨ ਸੀਨਾ ਜੀ ਨੂੰ ਬੁਲਾਇਆ ਗਿਆ ਸੀਗਾ। ਸੋ ਬਾਲੀਵੁੱਡ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ 1 ਤੋਂ ਬਾਅਦ 1 ਆਰਟਿਸਟ ਸਲਮਾਨ ਖਾਨ, ਸ਼ਾਹਰੁਖ ਖਾਨ, ਅਮਿਤਾਭ ਬੱਚਨ, ਆਮਿਰ ਖਾਨ, ਅਭਿਸ਼ੇਕ ਬੱਚਨ, ਰਿਤਿਕ ਰੋਸ਼ਨ, ਬੈਕ ਟੂ ਬੈਕ ਸਾਰੇ ਜਿਹੜੇ ਉਹ ਬਾਲੀਵੁੱਡ ਦੇ ਸਿਤਾਰੇ ਪਹੁੰਚ ਰਹੇ ਸੀ। ਕਈ ਲੋਕਾਂ ਨੂੰ ਲੱਗ ਰਿਹਾ ਸੀਗਾ ਇਹ ਵਿਆਹ ਦੇ ਵਿੱਚ ਆਏ ਹੋਏ ਨੇ ਜਾਂ ਕਿਸੇ ਫਿਲਮ ਅਵਾਰਡ ਦੇ ਵਿੱਚ ਆਏ ਹੋਏ। ਬਾਕੀ ਦੋਸਤੋ ਇਸ ਵਿਆਹ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀਗਾ ਕਿ ਇਸ ਵਿਆਹ ਦੇ ਉੱਤੇ ਕੁੱਲ ਪੈਸਾ ਕਿੰਨਾ ਖਰਚ ਹੋਇਆ ਹੋਵੇਗਾ। ਇਹਦਾ ਤਾਂ ਦੋਸਤੋ ਹਿਸਾਬ ਹੀ ਨਾ ਪੁੱਛੋ, ਸੱਚ ਕਹਿ ਰਹੇ ਦੋਸਤੋ ਹਿਸਾਬ ਨਾ ਪੁੱਛੋ, ਕਿਉਂਕਿ ਲਾਇਆ ਨਹੀਂ ਜਾਣਾ। ਇਹਦਾ ਹਿਸਾਬ ਕਿਤਾਬ ਕਰਨ ਲੱਗ ਗਏ ਤਾਂ ਸਾਡੇ ਮੈਥ ਦੇ ਜਿਹੜੇ ਟੀਚਰ ਹੈ ਉਹਨਾਂ ਦਾ ਵੀ ਮੈਨੂੰ ਲੱਗਦਾ ਹਿਸਾਬ ਕਿਤਾਬ ਖਰਾਬ ਹੋ ਜਾਣਾ। ਬਾਕੀ ਅੱਜ ਦੇ ਹੈਪੀ ਸਮਾਚਾਰ ਇੱਥੇ ਹੁੰਦੇ ਨੇ ਸਮਾਪਤ। ਇਸੇ ਤਰ੍ਹਾਂ ਦੀਆਂ ਹੈਪੀ ਮਜ਼ੇਦਾਰ ਖਬਰਾਂ ਦੇਖਣ ਦੇ ਲਈ ਹੈਪੀ ਸਿੰਘ ਦੇ ਨਾਲ ਦੇਖਦੇ ਰਹੋ ਹੈਪੀ ਸਮਾਚਾਰ।